ਸੋ ਅਸੀਂ ਮੰਗ ਕਰਦੇ ਹਾਂ ਸਾਡੇ ਪਿੰਡ ਦਾ ਜੋ ਵਿਕਾਸ ਅਧੂਰਾ ਰਹਿੰਦਾ ਵਾ, ਜੇ ਸਾਨੂੰ 5 ਮੈਂਬਰਾਂ ਦੇ ਨਾਲ ਸਰਪੰਚ ਬਣਾਉਣ ਦਾ ਵੀ ਮੌਕਾ ਦਿੱਤਾ ਜਾਂਦਾ ਤਾਂ ਅਸੀਂ ਆਪਣੇ ਪਿੰਡ ਦਾ ਜੋ ਵਿਕਾਸ ਰਹਿੰਦਾ ਵਾ ਉਹਨੂੰ ਪੂਰਾ ਕਰਾਂਗੇ। ਲੋਕਾਂ ਦੀਆਂ ਜੋ ਵੀ ਸਰਕਾਰ ਵੱਲੋਂ ਹੋਣਗੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ ਉਹ ਸਾਰੇ ਪਿੰਡ ਦਾ ਭਲਾ ਕਰਨ ਵਾਸਤੇ ਮੈਂਬਰ ਬਣਾਏ ਆ ਅਤੇ ਸਰਪੰਚ ਵੀ ਬਣਨ ਦਾ ਮੌਕਾ ਦਿੱਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆ ਸਾਰੇ ਨਗਰ ਦੇ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਸੇਵਾ ਦਾ ਮੌਕਾ ਦਿੱਤਾ। ਆ ਮੈਂਬਰ ਆ 5 ਸਾਡੇ ਜਿਹੜੇ ਸਰਦਾਰ ਬਲਦੇਵ ਸਿੰਘ ਵੱਲੋਂ ਜੋ ਬਣ ਕੇ ਸਾਹਮਣੇ ਆਏ ਤੁਹਾਡੇ, ਧੰਨਵਾਦ ਕਰਦੇ ਹਾਂ। ਸਰਦਾਰ ਰਮਨਜੀਤ ਸਿੰਘ ਸਿੱਕੀ ਸਾਹਿਬ ਦਾ ਜਿਨ੍ਹਾਂ ਨੇ ਸਾਨੂੰ ਸੇਵਾ ਦਾ ਮੌਕਾ ਦਿੱਤਾ, ਧੰਨਵਾਦ ਕਰਦੇ ਹਾਂ ਪਬਲਿਕ ਦਾ ਜਿਨ੍ਹਾਂ ਨੇ ਸਾਨੂੰ ਸਾਥ ਦਿੱਤਾ ਸਾਡਾ, ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸੋ ਸਾਡੇ ਪਿੰਡ ਦਾ ਜੋ ਵਿਕਾਸ ਅਧੂਰਾ ਰਹਿੰਦਾ ਵਾ ਉਹ ਅਸੀਂ ਵਿਕਾਸ ਕਰਨਾ ਚਾਹੁੰਦੇ ਹਾਂ। ਸਾਨੂੰ 5 ਮੈਂਬਰਾਂ ਦੇ ਨਾਲ ਸਰਪੰਚ ਦਾ ਵੀ ਮੌਕਾ ਦਿੱਤਾ ਜਾਵੇ, ਸਾਡੇ ਪਿੰਡ ਸਰਪੰਚ ਦੀ ਇਲੈਕਸ਼ਨ ਕਰਾਈ ਜਾਵੇ ਜੋ ਸਾਡਾ ਸਰਪੰਚ ਮੈਂਬਰਾਂ ਦੇ ਨਾਲ ਖਲੋ ਸਕੇ, ਔਰ ਪਿੰਡ ਦਾ ਜੋ ਵਿਕਾਸ ਅਧੂਰਾ ਰਹਿੰਦਾ ਵਾ ਉਹ ਅਸੀਂ ਵੱਧ ਤੋਂ ਵੱਧ ਕਰਾਵਾਂਗੇ। ਜੋ ਸਰਕਾਰ ਵੱਲੋਂ ਸਹੂਲਤਾਂ ਮਿਲਦੀਆਂ ਵਾ ਉਹ ਸਭ ਨੂੰ ਮਿਲਣਗੀਆਂ, ਜੋ ਵੀ ਸਰਕਾਰ ਵੱਲੋਂ ਸਹੂਲਤਾਂ ਲਾਗੂ ਹੋਣਗੀਆਂ। ਸੋ ਪਿੰਡ ਦਾ ਅਸੀਂ ਭਲਾ ਕਰਨਾ ਚਾਹੁੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਬਲਜੀਤ ਸਿੰਘ ਖਾਲਸਾ, ਨਗਰ ਪਿੰਡ ਕੰਬੋ ਢਾਏ ਵਾਲਾ। ਸੋ ਸਾਰੇ ਪਿੰਡ ਵੋਟਰਾਂ ਸਪੋਟਰਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣੀਆਂ ਕੀਮਤੀ ਵੋਟਾਂ ਪਾ ਕੇ ਸਾਡੇ 5 ਮੈਂਬਰ ਸਾਹਿਬਾਨਾਂ ਨੂੰ ਪਿੰਡ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਸਰਦਾਰ ਬਲਦੇਵ ਸਿੰਘ, ਉਹਨਾਂ ਦੀ ਪਤਨੀ ਰਣਜੀਤ ਕੌਰ ਨੂੰ ਪਿੰਡ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਸਭ ਤੋਂ ਵੱਧ ਧੰਨਵਾਦ ਕਰਦੇ ਹਾਂ ਸਰਦਾਰ ਰਮਨਜੀਤ ਸਿੰਘ ਸਿੱਕੀ MLA ਹਲਕਾ ਖਡੂਰ ਸਾਹਿਬ ਦਾ, ਔਰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਹਾਂ ਜਿਨ੍ਹਾਂ ਨੇ ਸਾਨੂੰ ਬੀਬੀ ਰਣਜੀਤ ਕੌਰ ਨੂੰ ਪਿੰਡ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਔਰ ਅਸੀਂ ਪੰਚਾਂ ਵੱਲੋਂ ਇੱਕ ਬੇਨਤੀ ਕਰਦੇ ਹਾਂ ਕਿ ਸਾਨੂੰ ਸਰਪੰਚ ਦੀ ਵੀ ਲੋੜ ਹੈ, ਸਾਡੇ ਪਿੰਡ ਸਰਪੰਚ ਦੀ ਇਲੈਕਸ਼ਨ ਤੋਂ ਦੁਬਾਰਾ ਕਰਾਈ ਜਾਵੇ। ਬਹੁਤ ਬਹੁਤ ਧੰਨਵਾਦ ਸਰਦਾਰ ਰਮਨ ਸਿੰਘ ਸਿੱਕੀ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 5 ਮੈਂਬਰ ਬਣੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਬਲਜੀਤ ਸਿੰਘ ਖਾਲਸਾ, ਨਗਰ ਕੰਬੋ ਢਾਏ ਵਾਲਾ। ਸੋ ਕੱਲ੍ਹ ਸਾਡੇ ਪੰਚਾਇਤ ਦੀ ਇਲੈਕਸ਼ਨ ਹੋਈ ਆ, ਸਭ ਵੋਟਰਾਂ ਸਪੋਟਰਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਆਪਣੀਆਂ ਕੀਮਤੀ ਵੋਟਾਂ ਪਾ ਕੇ ਪਿੰਡ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਸਭ ਤੋਂ ਵੱਧ ਧੰਨਵਾਦ ਸਰਦਾਰ ਰਮਨਜੀਤ ਸਿੰਘ ਸਿੱਕੀ MLA ਹਲਕਾ ਖਡੂਰ ਸਾਹਿਬ ਤੋਂ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਰਦਾਰ ਬਲਦੇਵ ਸਿੰਘ, ਉਹਨਾਂ ਦੀ ਪਤਨੀ ਰਣਜੀਤ ਕੌਰ ਨੂੰ ਪਿੰਡ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ, ਅਤੇ ਸਾਰੇ ਪਿੰਡ ਦਾ ਧੰਨਵਾਦ ਕਰਦੇ ਹਾਂ। ਇੱਕ ਬੇਨਤੀ ਕਰਦੇ ਹਾਂ ਸਰਦਾਰ ਰਮਨਜੀਤ ਸਿੰਘ ਸਿੱਕੀ ਦੇ ਅੱਗੇ ਕਿ ਸਾਨੂੰ ਸਰਪੰਚ ਦੀ ਚੋਣ ਕਰਵਾਉਣ ਦਾ ਮੌਕਾ ਦਿੱਤਾ ਜਾਵੇ। ਸੋ ਸਾਡੇ ਪਿੰਡ ਸਰਪੰਚ ਦੀ ਵੀ, ਪੰਚਾਂ ਨੂੰ ਸਰਪੰਚਾਂ ਦੀ ਲੋੜ ਹੁੰਦੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।